ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਪਵਿੱਤਰ ਚਰਨ ਛੋਹ ਪ੍ਰਾਪਤ ਗੁਰਦੁਆਰਾ ਸੋਹੀਆਣਾ ਸਾਹਿਬ ਪਾਤਸ਼ਾਹੀ ਨੌਵੀਂ ਪਿੰਡ ਧੌਲਾ ਜ਼ਿਲ੍ਹਾ ਬਰਨਾਲਾ ਵਿਖੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਆਗਮਨ ਦਿਵਸ ਬਹੁਤ ਹੀ ਸ਼ਰਧਾ ਨਾਲ ਮਨਾਇਆ ਗਿਆ। ਮੈਨੇਜਰ ਸਰਦਾਰ ਗੁਲਜਾਰ ਸਿੰਘ ਕਾਲੀਕੇ, ਪ੍ਰਧਾਨ ਸਰਦਾਰ ਸਵਰਨ ਸਿੰਘ ਧੌਲਾ ਅਤੇ ਸਮੂਹ ਲੋਕਲ ਕਮੇਟੀ ਦੇ ਸਹਿਯੋਗ ਨਾਲ ਕਰਵਾਏ ਗਏ ਸਮਾਗਮਾਂ ਮੌਕੇ ਵੱਡੀ ਗਿਣਤੀ ਵਿੱਚ ਸੰਗਤਾਂ ਨੇ ਹਾਜ਼ਰੀਆਂ ਭਰੀਆਂ। ਸਮਾਗਮਾਂ ਮੌਕੇ ਅਰੰਭੇ ਪਾਠਾਂ ਦੇ ਭੋਗ ਪਾਏ ਗਏ। ਵੱਖ ਵੱਖ ਰਾਗੀ ਅਤੇ ਢਾਡੀ ਜਥਾ ਤੋਂ ਇਲਾਵਾ ਸੰਤ ਬਾਬਾ ਮਨਪ੍ਰੀਤ ਸਿੰਘ ਜੀ ਖਾਲਸਾ ਅਲੀਪੁਰ ਵਾਲਿਆਂ ਨੇ ਧਾਰਮਿਕ ਦੀਵਾਨ ਸਜਾ ਕੇ ਸੰਗਤਾਂ ਨੂੰ ਨਿਹਾਲ ਕੀਤਾ। ਚਿਤਲੀ ਨਹੀਂ ਕਰਦਾ ਰੱਬ ਦਾ ਨਾਮ ਜਪਣ, ਜੀ ਨਹੀਂ ਕਰਦਾ ਜ ਮੁਕਤ ਅਸੀਂ ਜਿਉਂਦੇ ਜੀ ਹੋਣਾ, ਬੰਧਨਾਂ ਤੋਂ ਮੁਕਤ ਹੋਣਾ। ਤਾਂ ਮਾਘ ਦਾ ਮਹੀਨਾ ਸ਼ੁਰੂ ਹੋਇਆ ਨਾ, ਤੇ ਕੋਸ਼ਿਸ਼ ਕਰੀਏ ਵੀ ਪਿਛਲੇ ਮਹੀਨੇ ਚ ਕੁਝ ਚੰਗਾ ਨਹੀਂ ਕੀਤਾ, ਆਉਣ ਵਾਲੇ ਦਿਨਾਂ ਚ ਆ ਸਮੇਂ ਚ ਕੁਝ ਚੰਗਾ ਕਰੀਏ। ਬੜਾ ਸੁਹਾਵਣਾ ਹੈ, ਦੇਖੋ ਮਹਾਰਾਜ ਨੇ ਮਿਹਰ ਕੀਤੀ ਆ, ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਚਰਨਾਂ 'ਚ ਜੁੜੇ ਆ, ਸਤਿਗੁਰੂ ਜੀ ਦੀ ਚਰਨ ਛੋਹ ਧਰਤੀ ਤੇ ਜੁੜੇ ਆ, ਸਮਾਗਮ ਵਿੱਚ ਹਾਜ਼ਰੀਆਂ ਭਰ ਰਹੇ ਆ, ਗੁਰਬਾਣੀ ਸੁਣ ਰਹੇ ਆ। ਕਿੱਡੀ ਵੱਡੀ ਕਿਰਪਾ ਹੋਈ ਆ ਮਹਾਰਾਜ। ਪੈਣ ਉਪਰੰਤ ਸਰਬੱਤ ਦੇ ਭਲੇ ਲਈ ਅਰਦਾਸ ਬੇਨਤੀ ਵੀ ਕੀਤੀਆਂ ਗਈਆਂ ਅਤੇ ਹੁਕਮਨਾਮੇ ਲੈਣ ਉਪਰੰਤ ਪੁੱਜੇ ਸ਼ਖਸੀਅਤਾਂ ਦਾ ਗੁਰੂ ਘਰ ਦੀ ਬਖਸ਼ਿਸ਼ ਸਰੋਪਾਉ ਦੇ ਕੇ ਸਨਮਾਨ ਵੀ ਕੀਤਾ ਗਿਆ। ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ।
ਸਾਡੇ ਰਿਪੋਰਟਰ ਗੌਰਵ ਗਰਗ ਸ਼ੇਪੁਰ ਨਾਲ ਗੱਲਬਾਤ ਕਰਦੇ ਹਾਂ। ਪ੍ਰਧਾਨ ਸਰਦਾਰ ਸਵਰ ਸਿੰਘ ਧੌਲਾ, ਮੈਨੇਜਰ ਸਰਦਾਰ ਗੁਲਜ਼ਾਰ ਸਿੰਘ, ਮੈਂਬਰ ਠਾਕੁਰ ਸਿੰਘ, ਮੀਤ ਪ੍ਰਧਾਨ ਕੌਰ ਸਿੰਘ ਮਹਿਤਾ, ਜੁਗਰਾਜ ਸਿੰਘ ਧੌਲਾ, ਸ਼ਮਸ਼ੇਰ ਸਿੰਘ ਮੱਖਣ, ਸੇਵਾਦਾਰ ਗਗਨਦੀਪ ਸਿੰਘ ਮੀਤ ਗ੍ਰੰਥੀ, ਹਰਪਾਲ ਸਿੰਘ, ਲੀਲਾ ਸਿੰਘ, ਭੋਲਾ ਸਿੰਘ ਲਾਂਗਰੀ, ਦੀਵਾਨ ਸਿੰਘ, ਗੁਰਤੇਜ ਸਿੰਘ ਧੌਲਾ, ਹੈੱਡ ਗ੍ਰੰਥੀ ਬਲਵਿੰਦਰ ਸਿੰਘ ਅਖਲੀਆ, ਸਰਪੰਚ ਤਰਸੇਮ ਸਿੰਘ ਖੇਮੀ, ਮੈਨੇਜਰ ਅਵਤਾਰ ਸਿੰਘ ਕੱਟੂ, ਐਡਵੋਕੇਟ ਸਤਨਾਮ ਸਿੰਘ ਰਾਹੀ ਨੇ ਆਪਣੇ ਵਿਚਾਰ ਰੱਖੇ। ਇਹ ਉਹ ਪਵਿੱਤਰ ਸਥਾਨ ਆ ਜਿੱਥੇ ਨੌਵੇਂ ਪਾਤਸ਼ਾਹ ਹਿੰਦ ਦੀ ਚਾਦਰ ਸ਼੍ਰੀ ਗੁਰੂ ਤੇਗ ਬਹਾਦਰ ਜੀ ਆਪਣੇ ਵੱਖ ਵੱਖ ਪੜਾਵਾਂ ਤੋਂ ਹੁੰਦੇ ਹੋਏ ਗੁਰਦੁਆਰਾ ਅੜੀਸਰ ਹੁੰਦੇ ਹੋਏ ਇੱਥੇ ਗੁਰਦੁਆਰਾ ਸੋਹੀਆਣਾ ਸਾਹਿਬ ਆਏ, ਜਿੱਥੇ ਉਹਨਾਂ ਨੇ ਇੱਥੇ ਵਿਸ਼ਰਾਮ ਕੀਤਾ। ਇੱਥੋਂ ਵਿਸ਼ਰਾਮ ਕਰਨ ਤੋਂ ਬਾਅਦ ਫਿਰ ਅੱਗੇ ਰਸਤੇ ਵਾਸਤੇ ਚਾਲੇ ਪਾਏ ਗਏ। ਅੱਜ ਸਾਰੀ ਸੰਗਤ ਨੇ, ਸਾਰੀ ਹਲਕੇ ਭਦੌੜ ਦੀ ਸੰਗਤ ਨੇ, ਹੋਰ ਨੇੜੇ ਤੇੜੇ ਦੇ ਹਲਕਿਆਂ ਦੀ ਸੰਗਤ ਨੇ ਇੱਥੇ ਆ ਕੇ ਗੁਰੂ ਸਾਹਿਬ ਦੇ ਦਰਸ਼ਨ ਕੀਤੇ ਔਰ ਬਹੁਤ ਹੀ ਜਿਹੜਾ ਹੈ ਸੰਗਤ ਨੇ ਇੱਥੇ ਆ ਕੇ ਮਾਣ ਮਹਿਸੂਸ ਕੀਤਾ। ਸਮੁੱਚੀ ਗੁਰਦੁਆਰਾ ਸੋਹੀਆਣਾ ਸਾਹਿਬ ਪ੍ਰਬੰਧਕ ਕਮੇਟੀ ਵੱਲੋਂ ਜਿੱਥੇ ਅੱਜ ਦੇ ਸਮਾਗਮ 3 ਦਿਨਾਂ ਦੇ ਸਤਿਗੁਰਾਂ ਦੇ ਆਗਮਨ ਦਿਹਾੜਿਆਂ ਵਿੱਚ ਹੋਏ ਨੇ, ਸਮੁੱਚੀਆਂ ਸੰਗਤਾਂ ਨੇ ਜਿਵੇਂ ਜਿਸ ਤਰ੍ਹਾਂ ਦੀ ਵੀ ਹਾਜ਼ਰੀ ਭਰੀ ਹੈ, ਜਿਸ ਤਰ੍ਹਾਂ ਦੀਆਂ ਸੇਵਾਵਾਂ ਕੀਤੀਆਂ ਨੇ, ਸਮੁੱਚੀਆਂ ਸੰਗਤਾਂ ਦਾ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਬਹੁਤ ਬਹੁਤ ਧੰਨਵਾਦ ਹੈ, ਕਿਉਂਕਿ ਸੰਗਤਾਂ ਦੇ ਸਹਿਯੋਗ ਦੇ ਨਾਲ ਹੀ ਇਹੋ ਜਿਹੇ ਕਾਰਜ ਹੁੰਦੇ ਹਨ। ਸਮੁੱਚੀਆਂ ਸੰਗਤਾਂ ਦਾ ਅਸੀਂ ਵਿਸ਼ੇਸ਼ ਤੌਰ 'ਤੇ ਫਿਰ ਧੰਨਵਾਦ ਕਰਦੇ ਹਾਂ। ਇਸੇ ਤਰ੍ਹਾਂ ਹੀ ਜੋੜ ਮੇਲੇ ਸਮੁੱਚੀਆਂ ਸੰਗਤਾਂ ਦੇ ਸਹਿਯੋਗ ਦੇ ਨਾਲ ਗੁਰੂ ਤੇਗ ਬਹਾਦਰ ਜੀਆਂ ਦੇ ਸਥਾਨ 'ਤੇ ਹੁੰਦੇ ਰਹਿਣ, ਇਹੀ ਕਾਮਨਾ ਦਿਲੋਂ ਕਰਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਸ ਸਥਾਨ ਦੇ ਉੱਤੇ ਪਹੁੰਚਣ ਦੀ ਆਮਦ ਦੀ ਖੁਸ਼ੀ ਨੂੰ ਲੈ ਕੇ ਸਿੱਖ ਸੰਗਤਾਂ ਵੱਲੋਂ, ਇਲਾਕੇ ਦੀਆਂ ਸੰਗਤਾਂ ਵੱਲੋਂ 3 ਰੋਜ਼ਾ ਸਾਲਾਨਾ ਸਮਾਗਮ ਰੱਖਿਆ ਗਿਆ, ਜਿਸ ਵਿੱਚ ਭਾਈ ਮਨਪ੍ਰੀਤ ਸਿੰਘ ਜੀ ਖਾਲਸਾਲੀਪੁਰ ਵਾਲਿਆਂ ਨੇ ਦੀਵਾਨ ਸਜਾਏ ਹਨ। ਸਮੂਹ ਸੰਗਤਾਂ ਇਲਾਕੇ ਦੀਆਂ ਇਕੱਠੀਆਂ ਹੋ ਕੇ ਸਾਰੀਆਂ ਸੰਗਤਾਂ ਨੇ ਗੁਰੂ ਕੇ ਲੰਗਰਾਂ ਦੇ ਵਿੱਚ ਸੇਵਾ ਕੀਤੀ ਹੈ। ਸ੍ਰੀ ਅਖੰਡ ਪਾਠ ਸਾਹਿਬ ਆਰੰਭ ਕਰਵਾ ਕੇ ਅੱਜ ਭੋਗ ਪਾਏ ਗਏ ਸਨ। ਸੋ ਸਾਰੀਆਂ ਸੰਗਤਾਂ ਨੇ 3 ਦਿਨ ਆਪਣੀਆਂ ਹਾਜ਼ਰੀਆਂ ਲਵਾ ਕੇ ਤਨ ਮਨ ਸਫਲ ਕੀਤਾ। ਸਾਧ ਸੰਗਤ ਜੀ, ਬੀਬੀਆਂ ਵੱਲੋਂ ਤਿਆਰ ਕੀਤੇ ਗੁਰੂ ਕੇ ਲੰਗਰ ਸਾਰੀਆਂ ਸੰਗਤਾਂ ਨੇ ਇਕੱਠੇ ਬਣ ਕੇ ਛਕਿਆ। ਵਾਸੀ ਸ਼੍ਰੀਮੰਤ ਸੰਤ ਬਾਬਾ ਨਰਾਇਣ ਸਿੰਘ ਜੀ ਮੋਨੀ ਦੀ ਯਾਦ ਵਿੱਚ ਗੁਰਦੁਆਰਾ ਸਾਹਿਬ ਸੰਤ ਆਸ਼ਰਮ ਨਰਾਇਣ ਸਰ ਸੇਖਾ ਚਲੂਰ ਵਿਖੇ ਸਲਾਨਾ ਬਰਸੀ ਸਮਾਗਮ ਮਿਤੀ 28, 29 ਅਤੇ 30 ਜਨਵਰੀ 2020 ਨੂੰ ਸੰਤ ਸਮਾਗਮ ਹੋਵੇਗਾ। ਸੰਗਤਾਂ ਨੂੰ ਪੁੱਜਣ ਦੀ ਬੇਨਤੀ ਕੀਤੀ ਜਾਂਦੀ ਹੈ। ਵੱਲੋਂ ਸ਼੍ਰੀਮੰਤ ਸੰਤ ਬਾਬਾ ਰਣਜੀਤ ਸਿੰਘ ਜੀ ਅਤੇ ਸ਼੍ਰੀਮੰਤ ਸੰਤ ਬਾਬਾ ਭਰਪੂਰ ਸਿੰਘ ਜੀ ਸੇਖਾ ਚਲੂਰ ਵਾਲੇ। ਵਧੇਰੇ ਜਾਣਕਾਰੀ ਲਈ ਸੰਪਰਕ ਕਰੋ ਗੌਰਵ ਗਰਗ ਸ਼ੇਰਪੁਰ, ਮੋਬਾਈਲ 94170-36301 ਅਤੇ 98141-36301। ਵਧੇਰੇ ਜਾਣਕਾਰੀ ਲਈ ਸੰਪਰਕ ਕਰੋ ਗੌਰਵ ਗਰਗ ਸ਼ੇਰਪੁਰ, ਮੋਬਾਈਲ 94170-36301 ਅਤੇ 98141-36301।